શિરોમણી અકાલી દળના નેતા સુખબીરસિંહ બાદલ ઉપર જીવલેણ હુમલો થયો. સુવર્ણ મંદિરની બહાર તેમના પર ગોળીબાર થયો છે. પંજાબના પૂર્વ ડેપ્યુટી સિંહ પર જીવલેણ હુમલો કરવામાં આવ્યો હતો. હુમલાખોરે ફાયરિંગ કરતાની સાથે જ ઘટનાસ્થળે હાજર લોકોએ આરોપીને પકડી લીધો હતો. પોલીસે આરોપીને કસ્ટડીમાં લીધો છે. તેની પાસેથી એક પિસ્તોલ પણ મળી આવી છે. આરોપીનું નામ નારાયણ સિંહ જણાવવામાં આવી રહ્યું છે. તે પક્ષ ખાલસા સાથે સંકળાયેલો છે. હાથમાં પિસ્તોલ લઈને ફાયરિંગ કરવા આવેલા શખ્સને ઝડપી પાડવામાં આવ્યો છે. આપને જણાવી દઈએ કે પંજાબના પૂર્વ ડેપ્યુટી સીએમ સુખબીર બાદલ મંગળવારથી અમૃતસરના સુવર્ણ મંદિર એટલે કે શ્રી હર મંદિર સાહિબ ગુરુદ્વારની બહાર ચોકી કરીને સજા ભોગવી રહ્યા છે. તેઓ મંગળવારે બપોરે વ્હીલચેર ઉપર ગુરુદ્વારા પહોંચ્યા હતા. તેમના ગળામાં દૂષિત હોવાની તકતી પણ લટકતી જોવા મળે છે. મહત્વનું છે કે સુખબીરસિંહ બાદલે સજાના પહેલા દિવસે સુવર્ણ મંદિરના સામુદાયિક રસોડામાં વાસણો પણ સાફ કર્યા હતા. આ દરમિયાન તેમણે સેવાકર્મીઓનો પોશાક પહેર્યો હતો. પહેરેદારી ભરવા હાથમાં ભાલો રાખતા પણ જોવા મળ્યા. આપને જણાવી દઈએ કે સુખબીરસિંહ બાદલના પગમાં ફ્રેક્ચર છે, તેથી પ્લાસ્ટર લગાવવામાં આવ્યું હોવાથી તેઓ વ્હીલચેર જ ઉપર બેઠેલા જોવા મળે છે. ਦੇਖੋ ਜੀ ਸਾਡਾ ਪ੍ਰੋਪਰ ਸਿਕਿਉਰਿਟੀ ਪ੍ਰਬੰਧ ਸੀ ਇਹ ਜਿਹੜਾ ਬੰਦਾ ਸੀ ਹਾਂ ਪ੍ਰੋਪਰ ਨਿਗਾਹ ਰੱਖ ਰਹੇ ਸੀ ਉਹ ਅੰਦਰ ਬਿਲਕੁਲ ਸਾਡੇ ਕੋਲ ਅਸੀਂ ਸੁਖਬੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਸਵੇਰ ਦੀ ਬੜੀ ਸਖ਼ਤ ਹਦਾਇਤ ਸੀ ਮੈਂ ਸੁਬਹਾ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੀਤਾ ਇਹ ਜੀ ਨਰਾਇਣ ਸਿੰਘ ਚੌੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਕਿੰਟੀ ਸਾਹਿਬ ਕਰਦਾ ਸੀ ਅੱਜ ਵੀ ਆਇਆ ਸੀ ਪਹਿਲਾਂ ਇਹ ਗੁਰੂ ਘਰ ਮੱਥਾ ਟੇਕ ਕੇ ਚਲ ਗਿਆ ਇਹਦੇ ਨਾਲ ਇਹਦੇ ਕੋਲ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਪਹਿਲਾਂ ਇਹ ਦਰਬਾਰ ਸਾਹਿਬ ਇੰਟਰ ਕੀਤਾ ਜੀ ਇਹ ਨਹੀਂ ਕਹਿ ਸਕਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹਦੇ ਨਾਲ ਨਾਲ ਬੰਦਾ ਸਾਡਾ ਵਾਚ ਕਰੇ ਇਹ ਨਰਿਆਣਾ ਚੌੜਾ ਜੀ ਇਹ ਉੱਥੋਂ ਦਾ ਹੈਗਾ ਡੇਰਾ ਬਾਬਾ ਨਾਨਕ ਨਹੀਂ ਜੀ ਨਹੀਂ ਇਹ ਬਦਕਿਸਮਤੀ ਵਾਲੀ ਬਾਤ ਹੈ ਗਲਤ ਬਾਤ ਹੋਈ ਹੈ ਐਸਾ ਕਭੀ ਨਹੀਂ ਹੋਣਾ ਚਾਹੀਏ ਗੁਰਦੁਆਰੇ ਮੇਂ ਤੋ ਹਮ ਆਪਣੀ ਜਾਨ ਬਖਸ਼ਾਨੇ ਕੇ ਲੀਏ ਜਾਤੇ ਹੈ ਅਗਰ ਗੁਰਦੁਆਰੇ ਮੇਂ ਮੌਤ ਕਾ ਸੁਨੇਹਾ ਮਿਲੇ ਤੋ ਬਹੁਤ ਇਸ ਬੁਰੀ ਬਾਤ ਕੋਈ ਨਹੀਂ ਹੈ ਹੋ ਸਕਤਾ ਉਨਕੋ ਪਤਾ ਹੋਗਾ ਹੋ ਸਕਤਾ ਮਗਰ ਉਨਕੋ ਯੇ ਅਗਰ ਲਗਤਾ ਥਾ ਤੋ ਪਹਿਲੇ ਪਕੜ ਲੈਣਾ ਚਾਹੀਏ ਥਾ ਅਬ ਇਤਨਾ ਇੰਸੀਡੈਂਟ ਹੋਣੇ ਕੇ ਬਾਅਦ ਕਹੇ ਪੇ ਹਮਨੇ ਪਕੜ ਲਿਆ ਅਗਰ ਜੇ ਉਨਕੋ ਮਾਲੂਮ ਥਾ ਯੇ ਗਲਤ ਆਦਮੀ ਹੈ ਘੂਮ ਰਹਾ ਹੈ ਤੋ ਪ੍ਰਿਕਾਸ਼ਨਸ ਪਹਿਲੇ ਲੈਣੇ ਚਾਹੀਏ ਥੇ ਪਰ ਜੋ ਵੀ ਹੁਆ ਗਲਤ ਹੁਆ ਕੰਡੇ ਮੇਂ ਬਲ ਹੈ ਉਹ ਤਾਂ ਸਦਾ ਹੈ ਪੰਜਾਬ ਮੇਂ ਯੇ ਸਰਕਾਰ ਜਬ ਸੇ ਹੀ ਲਾਅ ਐਂਡ ਆਰਡਰ ਸਿਚੁਏਸ਼ਨ ਹਰ ਜਗ੍ਹਾ ਹੈ ਦੂਸਰਾ ਕਿਸਾਨ ਜੋ 6 ਤਾਰੀਖ ਕੋ ਜਾ ਰਹੇ ਹਨ ਸਰ ਦਿੱਲੀ ਕੀ ਕੋਸ਼ਿਸ਼ ਕਰ ਰਹੇ ਕੀ ਕਰਨਗੇ ਕਿਸਾਨ ਜਾ ਰਹੇ ਹੈ ਦਿੱਲੀ ਸਰਕਾਰ ਕੋ ਕੁਛ ਨਾ ਕੁਛ ਕਰ ਦੇਣਾ ਚਾਹੀਏ ਜੋ ਵਾਈਸ ਪ੍ਰੈਜ਼ੀਡੈਂਟ ਜੀ ਨੇ ਕਹਾ ਵੋ ਉਸਕੇ ਬਾਰੇ ਧਿਆਨ ਕਰਨਾ ਚਾਹੀਏ ਵੋ ਵੀ ਕਿਸਾਨੋ ਕਾ ਹਿਤੈਸ਼ੀ ਹੈ ਕਿਸਾਨ ਹੈ ਵੋ ਗਲਤ ਬਾਤ ਨਹੀਂ ਕਹਿ ਰਹਾ